ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਸਾਰੀਆਂ ਵਧਾਈਆਂ ਮੁਬਾਰਕਬਾਦ ਤੁਸੀਂ 6ਵੀਂ ਜਮਾਤ ਦੇ ਵਿੱਚੋਂ ਪਾਸ ਹੋ ਕੇ 7ਵੀਂ ਜਮਾਤ ਦੇ ਵਿੱਚ ਦਾਖਲ ਹੋ ਚੁੱਕੇ ਹੋਗੇ ਤਾਂ ਆਪਾਂ ਇਸ ਕੋਰੋਨਾ ਮਹਾਂਮਾਰੀ ਦੇ ਦੌਰਾਨ ਕਿਉਂਕਿ ਤੁਹਾਡੇ ਸਕੂਲ ਅਜੇ ਬੰਦ ਹੈਗੇ ਤਾਂ ਉਸ ਸਮੇਂ ਦੇ ਦੌਰਾਨ ਵੀ ਪੜ੍ਹਾਈ ਜਾਰੀ ਰੱਖਣੀ ਹੈਗੀ ਆਪਾਂ ਆਨਲਾਈਨ ਤਰੀਕੇ ਦੇ ਨਾਲ ਜਿਹੜੀ ਤੁਹਾਡੀ ਪੜ੍ਹਾਈ ਹੈਗੀ ਉਸ ਨੂੰ ਜਾਰੀ ਰੱਖਾਂਗੇ ਤਾਂ ਅੱਜ ਆਪਾਂ ਇਸ ਵੀਡੀਓ ਲੈਕਚਰ ਦੇ ਵਿੱਚ ਤੁਹਾਡੇ ਲਈ ਤੁਹਾਡਾ ਜੋ ਸਮਾਜਿਕ ਸਿੱਖਿਆ ਸਮਾਜਿਕ ਵਿਗਿਆਨ ਦਾ ਇੱਕ ਵਿਸ਼ਾ ਹੈਗਾ ਉਹ ਸਮਾਜਿਕ ਵਿਗਿਆਨ ਵਿਸ਼ੇ ਦੇ ਜਿਹੜੇ ਪਾਰਟ ਨੰਬਰ 1 ਹੈ ਵਾਤਾਵਰਣ ਪਹਿਲਾ ਪਾਰਟ ਹੈ ਸਾਡਾ ਸਮਾਜਿਕ ਵਿਗਿਆਨ ਦਾ ਵਾਤਾਵਰਣ ਠੀਕ ਹੈ ਇਸ ਟੌਪਿਕ ਦੇ ਆਪਾਂ ਜਿਹੜੇ ਪ੍ਰਸ਼ਨ ਉੱਤਰ ਹੈਗੇ ਉਹ ਤੁਹਾਡੇ ਲਈ ਇਸ ਵੀਡੀਓ ਦੇ ਵਿੱਚ ਹੱਲ ਕਰਾਂਗੇ ਤੁਸੀਂ ਧਿਆਨ ਦੇ ਨਾਲ ਇਹਨੂੰ ਸੁਣਨਾਗਾ ਤੇ ਆਪਣੀ ਕਾਪੀਜ਼ ਦੇ ਉੱਪਰ ਇਸ ਨੂੰ ਨੋਟ ਕਰ ਲੈਣਾਗਾ ਠੀਕ ਹੈ ਜੀ ਆਓ ਆਪਾਂ ਸ਼ੁਰੂ ਕਰੀਏ ਪ੍ਰਸ਼ਨ ਨੰਬਰ 1 ਕੀ ਹੈ ਪਿਆਰੇ ਵਿਦਿਆਰਥੀਓ ਆਪਣੇ ਕੋਲ ਵਾਤਾਵਰਣ ਤੂ ਕੀ ਭਾਵ ਹੈ ਹਾਂ ਜੀ ਵਾਤਾਵਰਣ ਤੂ ਕੀ ਭਾਵ ਹੈ ਵਾਤਾਵਰਣ ਤੂ ਭਾਵ ਸਾਡੇ ਆਲੇ ਦੁਆਲੇ ਤੋ ਠੀਕ ਹੈ ਇਸ ਦੇ ਵਿੱਚ ਧਰਤਲ ਜਿਹੜੀ ਸਾਡੀ ਭੂਮੀ ਹੈ ਠੀਕ ਹੈ ਜਲਵਾਯੂ ਆਦਤ ਤੱਤ ਸ਼ਾਮਿਲ ਹੁੰਦੇ ਜੋ ਵੀ ਅਸੀਂ ਸਾਡੇ ਆਲੇ-ਦੁਆਲੇ ਵੇਖਦੇ ਹਾਂ ਉਹ ਕੀ ਹੈ ਵੀ ਸਾਡਾ ਵਾਤਾਵਰਣ ਹੈ ਸਾਡੇ ਆਲੇ-ਦੁਆਲੇ ਸਾਡਾ ਵਾਤਾਵਰਣ ਹੈ ਇਹਦੇ ਵਿੱਚ ਧਰਤਲ ਜਲਵਾਯੂ ਆਦਿ ਦੇ ਤੱਤੇ ਗੁ ਸ਼ਾਮਿਲ ਹੁੰਦੇ ਹਨ ਤਾਂ ਪ੍ਰਸ਼ਨ ਨੰਬਰ 2 ਹੈ ਪੇਰਿਵੈਰਟਿਵ ਵਾਤਾਵਰਣ ਦੇ ਮੁੱਖ ਮੰਡਲ ਕਿਹੜੇ ਹਨ ਹਾਂਜੀ ਵਾਤਾਵਰਣ ਦੇ ਚਾਰ ਮੰਡਲ ਹੁੰਦੇ ਹੈਗੇ ਸਭ ਤੋਂ ਪਹਿਲਾਂ ਵਾਯੂ ਮੰਡਲ ਠੀਕ ਹੈ ਜੀ ਨੂੰ ਆਕਾਸ਼ ਬੋਲ ਦੇਗੇ ਨੰਬਰ 2 ਤੇ ਥਲ ਮੰਡਲ ਠੀਕ ਹੈ ਨੰਬਰ 3 ਤੇ ਜਲ ਮੰਡਲ ਤੇ ਇਹਨਾਂ ਤਿੰਨਾਂ ਦੇ ਸੁਮੇਲ ਤੋਂ ਜਿਹੜਾ ਮੰਡਲ ਬਣਦਾਗਾ ਉਸ ਨੂੰ ਆਪਾਂ ਕਹਿੰਦੇਗੇ ਜੀਵ ਮੰਡਲ ਠੀਕ ਹੈ ਵਾਯੂ ਮੰਡਲ ਥਲ ਮੰਡਲ ਜਲ ਮੰਡਲ ਅਤੇ ਜੀਵ ਮੰਡਲ ਇਹ ਵਾਤਾਵਰਨ ਦੇ ਚਾਰ ਮੁੱਖ ਮੰਡਲ ਨੇ ਠੀਕ ਹੈ ਜੀ ਪ੍ਰਸ਼ਨ ਨੰਬਰ 3 ਹੈ ਪਿਆਰ ਵਿਦਿਆਰਥੀਓ ਮਨੁੱਖ ਵਾਤਾਵਰਨ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ਹਾਂਜੀ ਮਨੁੱਖ ਵਾਤਾਵਰਨ ਨੂੰ ਕਿਵੇਂ ਪ੍ਰਭਾਵਿਤ ਕਰrega ਮਨੁੱਖ ਆਪਣੇ ਰਹਿਣ ਦੀ ਜੰਗਲ ਕੱਟ ਕੇ ਸ਼ਹਿਰ ਬਣਾਏ ਨੇ ਠੀਕ ਹੈ ਮਤਲਬ ਉਹ ਜੰਗਲਾਂ ਨੂੰ ਲਗਾਤਾਰ ਕੱਟ ਰਿਹਾਗਾ ਤੇ ਉਹਨਾਂ ਜੰਗਲਾਂ ਨੂੰ ਕੱਟ ਕੇ ਉਹ ਤੇ ਕੀ ਬਣਾ ਰਿਹਾਗਾ ਸ਼ਹਿਰ ਬਣਾ ਦੇਗਾ ਠੀਕ ਹੈ ਉਸਨੇ دریاਵਾ ਉੱਤੇ ਬੰਨ ਬਣਾ ਕੇ ਨੈਰਾ ਰਾਹੀਂ ਮਾਰੂਥਲ ਵਿੱਚ ਪਾਣੀ ਪਹੁੰਚਾ ਦਿੱਤਾ ਹੈ ਠੀਕ ਉਹਨੇ ਕੀ ਕੀਤਾ دریاਵਾਂ ਦੇ ਵਿੱਚ ਬੰਨ ਲਗਾ ਕੇ ਤੇ ਉਹਨਾਂ دریاਵਾਂ ਦੇ ਵਿੱਚੋਂ ਨਹਿਰਾਂ ਕੱਢ ਲੀਆਂ ਤੇ ਉਹਨਾਂ ਸਥਾਨਾਂ ਦੇ ਉੱਪਰ ਪਾਣੀ ਪਹੁੰਚਾਤਾ ਜਿੱਥੇ ਕਿ ਪਾਣੀ ਦੀ ਬਹੁਤ ਜ਼ਿਆਦਾ ਲੋਟ ਸੀ ਉਸ ਨੇ ਵਿਗਿਆਨ ਰਾਹੀਂ ਕੁਦਰਤੀ ਸ਼ਕਤੀਆਂ ਤੇ ਬਹੁਤ ਹੱਦ ਤੱਕ ਕਾਬੂ ਪਾ ਲਿਆਗਾ ਠੀਕ ਹੈ ਜਿਵੇਂ ਕੁਦਰਤ ਵੱਲੋਂ ਪਹਿਲਾਂ ਮਹਾਮਾਰੀ ਹੁੰਦੀ ਸੀ ਬਿਮਾਰੀਆਂ ਕੀ ਬਹੁਤ ਸਾਰੇ ਲੋਕ ਮਾਰੇ ਜਾਂਦੇ ਸੀ ਤਾਂ ਹੁਣ ਮਨੁੱਖ ਨੇ 3 ਪੁਆਇੰਟ ਇਹਦੇ ਵਿੱਚ ਲਿਖ ਸਕਦੇ ਆਂਗੇ ਪਹਿਲਾ ਸੀ ਏਨੁੱਖ ਆਪਣੇ ਰਹਿਣ ਲਈ ਜੰਗਲ ਕੱਟ ਕੇ ਸ਼ਹਿਰ ਬਣਾ ਲਿਓਨੇ ਨੰਬਰ 2 ਤੇ ਪਹਿਲੇ ਲਿਖ ਸਕਦੇ ਆਂਗੇ ਵੀ ਉਸਨੇ ਦਰਿਆਮੌਤ ਤੇ ਬੰਨ ਬਣਾ ਕੇ ਠੀਕ ਹੈ ਨਹਿਰਾ ਰਾਹੀ ਮਾਰੂਥਲਾ ਤੱਕ ਪਾਣੀ ਪਹੁੰਚਾ ਦਿੱਤਾ ਨੰਬਰ 3 ਤੇ ਪਹਿ ਲਿਖ ਸਕਦੇ ਆਂਗੇ ਉਸਨੇ ਵਿਗਿਆਨ ਰਾਹੀਂ ਕੁਦਰਤੀ ਸ਼ਕਤੀਆਂ ਤੇ ਬਹੁਤ ਹੱਦ ਤੱਕ ਕਾਬੂ ਪਾ ਲਿਆ ਤਾਂ ਪ੍ਰਸ਼ਨ ਨੰਬਰ 4 ਹੈ ਪਿਆਰੇ ਵਿਦਿਆਰਥੀ ਆਪਣੇ ਕੋਲ ਧਰਤੀ ਦੀਆਂ ਪਰਤਾਂ ਦੇ ਨਾਮ ਲਿਖੋ ਹਾਂਜੀ ਧਰਤੀ ਦੀਆਂ ਪਰਤਾਂ ਦੇ ਨਾਮ ਲਿਖੋ ਤਾਂ ਧਰਤੀ ਦੀਆਂ ਤਿੰਨ ਪਰਤਾਂ ਹੁੰਦੀਆਂ ਨੇ ਸਿਆਲ ਸੀਮਾ ਨਾਈਫ ਠੀਕ ਹੈ ਸਿਆਲ ਸੀਮਾ ਨਾਈਫ ਠੀਕ ਹੈ ਇਹ ਸਭ ਤੋਂ ਉੱਪਰ ਦੀ ਪਰਤ ਹੈ ਠੀਕ ਹੈ ਇਹ ਦੂਸਰੀ ਪਰਤ ਹੈ ਧਰਤੀ ਦੀ ਤੇ ਇਹ ਸਭ ਤੋਂ ਵਿਚਕਾਰ ਵਾਲੀ ਪਰਤ ਹੈ ਇਸ ਤੋਂ ਬਾਅਦ ਹੈ ਆਪਣੇ ਕੋਲ ਖਾਲੀ ਸਥਾਨ ਪਰ ਖਾਲੀ ਥਾਂ ਪਰ ਤਾਂ ਨੰਬਰ 1 ਹੈ ਵਾਤਾਵਰਨੂ ਡੈਸ਼ ਮੰਡਲਾਂ ਵਿੱਚ ਵੰਡੇਗਾ ਦੇਖੋ ਉੱਪਰ ਕਰਕੇ ਆਈ ਸੀ ਨਾ ਪ੍ਰਸ਼ਨ ਕੀਤਾ ਸੀ ਕਿੰਨੇ ਮੰਡਲ ਸੀ ਚਾਰ ਮੰਡਲ ਵਾਤਾਵਰਨੂ ਕਿੰਨੇ ਮੰਡਲਾਂ ਚ ਵੰਡੇ ਜਾਂਦਾਗਾ ਚਾਰ ਮੰਡਲਾਂ ਦੇ ਵਿੱਚ ਨੰਬਰ 2 ਧਰਤੀ ਦੀ}{|\text{sial}}|^{}$ ਪਰਤ ਉਹਨਾਂ ਚਟਾਨਾਂ ਦੀ ਬਣੀ ਹੈ ਜਿਸ ਵਿੱਚ ਡੈਸ਼ ਅਤੇ ਡੈਸ਼ ਤੱਤ ਹਾਂ ਜਿਹੜੂ ਧਰਤੀ ਦੀ}{|\text{sial}}|^{}$ ਪਰਤ ਹੈ ਫਿਰ ਵਿਦਿਆਰਥੀਓ ਤਾਂ ਇਹਦੇ ਵਿੱਚ ਦੋ ਤੱਤ ਪਾਈ ਜਾਂਦੇ ਹੈਗੇ ਠੀਕ ਹੈ ਇੱਕ ਸਿਲੀਕਾਨ ਤੇ ਦੂਜਾ ਐਲੂਮੀਨੀਅਮ ਠੀਕ ਹੈ ਅਗਰ ਇਹਨੂੰ ਆਪਾਂ ਇੰਗਲਿਸ਼ ਦੇ ਵਿੱਚ ਲਿਖ ਦੇਵਾਂਗੇ ਤਾਂ ਇਸ ਨੂੰ ਆਪਾਂ ਇਸ ਤਰੀਕੇ ਨਾਲ ਲਿਖ ਦੇਵਾਂਗੇ ਠੀਕ ਹੈ Si Si Al ਠੀਕ ਹੈ ਤਾਂ ਇਹਦੇ ਵਿੱਚ ਜੋ Si ਹੈ ਇਹਦਾ ਮਤਲਬ ਹੈ ਸਿਲੀਕਾਨ ਠੀਕ ਹੈ ਤੇ Al ਦਾ ਮਤਲਬ ਹੈ ਐਲੂਮੀਨੀਅਮ ਧਰਤੀ ਦੀ ਸਿਆਲ ਪਰਤ ਦੇ ਵਿੱਚ ਸਿਲੀਕਾਨ ਤੇ ਐਲੂਮੀਨੀਅਮ ਤੱਤ ਪਾਈ ਜਾਂਦੇ ਹੈਗੇ ਨੰਬਰ 3 ਧਰਤੀ ਦੀ ਨਾਈਫ ਪਰਤ ਵਿੱਚ ਡੈਸ਼ ਅਤੇ ਡੈਸ਼ ਤੱਤ ਵਧੇਰੇ ਹੁੰਦੇ ਆ ਹਾਂਜੀ ਨਾਈਫ ਜਿਹੜੀ ਪਰਤ ਉਹਦੇ ਵਿੱਚ ਨਿਕਲ ਤੇ ਲੋਹਾ ਇਹ ਦੋ ਤੱਤ ਪਾਈ ਜਾਂਦੇ ਕਿ ਜਿਵੇਂ ਸਿਆਲ ਦੇ ਵਿੱਚ ਸਿਲੀਕਾਨ ਐਲੂਮੀਨੀਅਮ ਸੀ ਤਾਂ ਨਾਈਫ ਦੇ ਵਿੱਚ ਨਿਕਲ ਅਤੇ ਲੋਹਾ ਤੱਤ ਵਧੇਰੇ ਪਾਈ ਜਾਂਦੇ ਹੈਗੇ ਨੰਬਰ 4 ਤੇ ਗੱਲ ਕਰੀ ਆਪਾਂ ਜੀਵ ਮੰਡਲ ਦੇ ਅਨੇਕ ਕਿਸਮ ਦੇ ਜੀਵ ਜੰਤੂਆਂ ਨੂੰ ਡੈਸ਼ ਆਖਦੇ ਹੈਗੇ ਹਾਂਜੀ ਜੀਵ ਮੰਡਲ ਦੇ ਵਿੱਚ ਜਿਹੜੇ ਅਨੇਕਾਂ ਕਿਸਮ ਦੇ ਜੀਵ ਜੰਤੂ ਰਹਿੰਦੇ ਹੈਗੇ ਉਹਨਾਂ ਨੂੰ ਪਿਆਰੇ ਵਿਦਿਆਰਥੀਓ ਜੀਵ ਜਗਤ ਆਖਦੇ ਹੈਗੇ ਠੀਕ ਹੈ ਜਿਸ ਜਗਤ ਦੇ ਵਿੱਚ ਜੀਵ ਜੰਤੂ ਰਹਿੰਦੇ ਹੈ ਉਹਨੂੰ ਆਪਾਂ ਕਹਿੰਦੇ ਹੈਗੇ ਜੀਵ ਜਗਤ ਨੰਬਰ 5 ਧਰਤੀ ਦੀ ਸਤ੍ਹਾ ਦਾ 71% ਭਾਗ ਪਾਣੀ ਨੇ ਘੇਰਿਆ ਹੋਇਆ ਹੈ ਹਾਂਜੀ ਇੱਕ ਧਰਤੀ ਮਾ ਜੋ ਸਾਡੀ ਧਰਤੀ ਹੈ ਇਸ ਧਰਤੀ ਦੇ ਵਿੱਚ ਜਿਹੜਾ 71% ਭਾਗ ਹੈਗਾ ਉਹ ਪਾਣੀ ਦਾ ਹੈਗਾ ਠੀਕ ਹੈ 71% ਭਾਗ ਪਾਣੀ ਦਾ ਹੈਗਾ ਠੀਕ ਹੈ ਤੇ ਜੋ 29% ਹਿੱਸਾ ਬਚ ਗਿਆ ਉਹ ਕੀ ਹੈਗਾ ਥਲ ਦਾ ਹੈਗਾ ਠੀਕ ਹੈ ਬਦਲ ਤਰਤੀ ਉਤੇ ਪਾਣੀ ਵਾਲਾ ਭਾਗ 71% ਹੈਗਾ ਤੇ ਜਿਹੜੀ ਧਰਤੀ ਹੈਗੀ ਤਾਲਬਾ ਦਾ ਉਹ ਕਿੰਨਾਗਾ 29% 29% ਠੀਕ ਹੈ ਜੀ ਤਾਂ ਇਹ ਵਿਦਿਆਰਥੀ ਦਾ ਆਪਣਾ ਪਾਰਟ ਨੰਬਰ 1 ਸੀ ਠੀਕ ਹੈ ਜਿਹਦਾ ਨਾਮ ਸੀ ਵਾਤਾਵਰ ਤੁਸੀਂ ਇਸ ਦੇ ਜਿਹੜੇ ਪ੍ਰਸ਼ਨ ਉੱਤਰ ਹੈਗੇ ਉਹਨੂੰ ਕਾਪੀਜ਼ ਦੇ ਉੱਪਰ ਆਪਣੀਆਂ ਨੋਟ ਕਰ ਲੈਣਾ ਲਿਖ ਲੈਣਾ ਧਿਆਨ ਦੇਣਾ ਤੇ ਖਾਲੀ ਥਾਂ ਵੀ ਲਿਖ ਲੈਣੀ ਠੀਕ ਹੈ ਤਾਂ ਜਿਹੜਾ ਤੁਹਾਡਾ ਕੰਮ ਹੈਗਾ ਉਪਰ ਹੌਲੀ ਹੌਲੀ ਇੱਕ ਇੱਕ ਪਾਠ ਕਰਦੇ ਕੰਪਨੀਆਂ ਦੇ ਉੱਪਰ ਲਿਖ ਦੇ ਜਾਈਏ ਤੇ ਤੁਸੀਂ ਨਾਲ ਦੀ ਨਾਲ ਇਸ ਨੂੰ ਯਾਦ ਵੀ ਕਰ ਲੇਗਾ ਠੀਕ ਹੈ ਪਿਆਰੇ ਵਿਦਿਆਰਥੀਓ ਅਗਰ ਜਲਦੀ ਜਿਹੜਾ ਤੁਹਾਡਾ ਪਾਠ ਨੰਬਰ 2 ਹੈਗਾ ਉਹਦੇ ਲਈ ਇੱਕ ਵੀਡੀਓ ਬਣਾਵਾਂਗੇ ਤੁਸੀਂ ਜਦੋਂ ਪਹਿਲੇ ਤੁਹਾਡੇ ਪਾਠ ਨੰਬਰ 2 ਦੇ ਪ੍ਰਸ਼ਨ ਉੱਤਰ ਹੈਗੇ ਉਹਨਾਂ ਨੂੰ ਲਿਖ ਲੈਣਾ ਹੈ ਓਕੇ ਬੇਟਾ ਥੈਂਕ ਯੂ